ਨਮਸਕਾਰ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਐਸਟੀਐਫ ਜਲੰਧਰ ਰੇਂਜ ਨੇ ਗੜਸ਼ੰਕਰ ਦੇ ਪਿੰਡ ਬੋੜਾ ਦੇ ਵਿੱਚ ਦੋ ਸਮਗਲਰਾਂ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਵਾਂ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਐਸਟੀਐਫ ਜਲੰਧਰ ਦੇ ਇੰਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਅਗਾਊ ਟੀਮ ਨੇ ਨਾਕਾਬੰਦੀ ਕੀਤੀ ਹੋਈ ਸੀ, ਜਿਨ੍ਹਾਂ ਨੇ ਨਾਕਾਬੰਦੀ ਕਰਕੇ ਕੁਲਵੰਤ ਸਿੰਘ ਵਾਸੀ ਬਗਵਾਈ ਅਤੇ ਨੀਰਜ ਵਾਸੀ ਬਗਵਾਈ ਨੂੰ ਸਕੂਟਰ ਸਮੇਤ ਕਾਬੂ ਕਰਕੇ ਉਹਨਾਂ ਦੇ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਸ ਦੀ ਕੀਮਤ ਕਰੀਬ 4 ਕਰੋੜ ਰੁਪਇਆ ਹੈ। ਉਹਨਾਂ ਦੱਸਿਆ ਕਿ ਭਲਕੇ ਦੋਵਾਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਹਨਾਂ ਨੂੰ ਰਿਮਾਂਡ ਉੱਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਕਿੱਥੋਂ ਖਰੀਦ ਵੇਚ ਕਰਦੇ ਸਨ। ਇਸ ਮੌਕੇ ਉਹਨਾਂ ਦੇ ਨਾਲ ਰਾਜਵਿੰਦਰ ਸਿੰਘ ਹਵਲਦਾਰ, ਤਰਨਜੀਤ ਸਿੰਘ ASI, ਕੁਲਵੰਤ ਸਿੰਘ ASI ਅਤੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ। ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੌਹਾਨ ਦੀ ਰਿਪੋਰਟ। ਮੈਂ ਇੰਸਪੈਕਟਰ ਹਰਦੀਪ ਸਿੰਘ ਜਲੰਧਰ ਤੋਂ ਆਏ ਹਾਂ ਐਸਟੀਐਫ ਤੋਂ, ਅਤੇ ਸਾਡੀ ਐਡਵਾਂਸ ਟੀਮ ਨੇ ਇੱਥੇ ਮਤਲਬ ਪਹਿਲਾਂ ਨਾਕਾਬੰਦੀ ਕੀਤੀ ਸੀ ਅਤੇ ਮੁਖਬਰੀ 'ਤੇ ਇੱਕ ਪਰਚਾ ਦਿੱਤਾ। ਦੋ ਬੰਦੇ ਗ੍ਰਿਫਤਾਰ ਕੀਤੇ ਆ, ਇੱਕ ਦਾ ਨਾਂ ਕੁਲਵੰਤ ਸਿੰਘ ਹੈ ਅਤੇ ਦੂਸਰੇ ਦਾ ਨਾਂ ਹੈਗਾ ਨੀਰਜ। ਇਹਨਾਂ ਕੋਲੋਂ 400 ਗ੍ਰਾਮ ਰਿਕਵਰੀ ਜਿਹੜੀ ਹੀਰੋਇਨ ਦੀ ਰਿਕਵਰ ਕੀਤੀ ਹੈ, ਜਿਹਦੀ ਮੈਕਸੀਮਮ ਰੇਟ ਜਿਹੜਾ 4 ਕਰੋੜ ਦੇ ਕੋਲ ਨਜ਼ਦੀਕ ਹੈਗਾ। ਇਹ ਇੱਕ ਤਾਂ ਇਬਰਾਹੀਮਪੁਰ ਦਾ ਵਾ ਅਤੇ ਦੂਸਰਾ ਇੱਥੇ ਗੜਸ਼ੰਕਰ ਸ਼ਹਿਰ ਦਾ ਹੀ ਹੈ। ਅਗਲੀ ਗਾਂ ਹੁਣ ਇਹਨਾਂ ਦਾ ਰਿਮਾਂਡ ਲੈਂਦੇ ਹਾਂ। ਪੁਲਿਸ ਰਿਮਾਂਡ ਲੈਣ ਤੋਂ ਬਾਅਦ ਜੋ ਵੀ ਕਾਰਵਾਈ ਸਾਹਮਣੇ ਆਈ ਜਾਂ ਇਹਨਾਂ ਨੇ ਜੋ ਅੱਗੇ ਜੋ ਵੀ ਹੋਇਆ ਉਸ ਹਿਸਾਬ ਨਾਲ ਆਪਾਂ ਕਾਰਵਾਈ ਕਰਾਂਗੇ। ਇਹ ਅਸੀਂ ਪਹਿਲਾਂ ਗੜਸ਼ੰਕਰ ਥਾਣੇ ਜਾਣਾ, ਥਾਣੇ ਤੋਂ ਬਾਅਦ ਅਸੀਂ ਫਿਰ ਗੜਸ਼ੰਕਰ ਉੱਥੇ ਜਾਣਾ ਜਲੰਧਰ ਐਸਟੀਐਫ ਦਫ਼ਤਰ। ਕੱਲ੍ਹ ਇਹਨਾਂ ਨੂੰ ਪੇਸ਼ ਕਰਾਂਗੇ ਜੀ ਕੋਰਟ 'ਚ, ਕਰਨ ਤੋਂ ਬਾਅਦ ਫਿਰ ਰਿਮਾਂਡ ਲਵਾਂਗੇ।